ਉਹਦੇ ਕਰਕੇ ਜਿਹੜਾ ਸਭ ਤੋਂ ਵੱਡਾ ਕੁਐਸਚਨ ਅਰਾਈਜ਼ ਹੁੰਦਾ ਕਿ ਸਾਨੂੰ ਇਨਵੈਸਟਿੰਗ ਕਦੋਂ ਕਰਨੀ ਚਾਹੀਦੀ ਹੈ, ਕਿੰਨੀ ਕੁ ਕਰਨੀ ਚਾਹੀਦੀ ਹੈ, ਜਾਂ ਫਿਰ ਹਾਲੇ ਵੇਟ ਕਰਨੀ ਚਾਹੀਦੀ ਹੈ। ਸੈਂਟੀਮੈਂਟਸ ਕੋਈ ਵਧੀਆ ਨਹੀਂ ਹੈਗੇ, ਇੰਟਰਸਟ ਰੇਟ ਵਾਰ ਵਾਰ ਵੱਧ ਰਹੇ ਆ, ਉੱਪਰੋਂ ਬੈਂਕ ਕ੍ਰਾਈਸਿਸ, ਉਹਦੇ ਨਾਲ ਮਾਰਕੀਟ ਦਾ ਕੀ ਲਿੰਕ ਆ ਜਦੋਂ। ਸੋ ਆਬਵੀਅਸਲੀ ਤੁਸੀਂ ਇਨਵੈਸਟਮੈਂਟ ਬਾਰੇ ਉਦੋਂ ਨਹੀਂ ਸੋਚਦੇ, ਤੁਹਾਡੇ ਕੋਲ ਸੇਵਿੰਗ ਲਈ ਘੱਟ ਪੈਸੇ ਹੋਣਗੇ, ਆਬਵੀਅਸਲੀ ਤੁਸੀਂ ਉਨੀ ਇਨਵੈਸਟਮੈਂਟਸ ਨਹੀਂ ਕਰੋਗੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਆ? ਹੋਪਫੁਲੀ ਸਾਰੇ ਵਧੀਆ ਹੋਣਗੇ। ਸੋ ਅੱਜ ਦੀ ਯੂਟਿਊਬ ਵੀਡੀਓ ਆ ਜਿਹਦਾ ਮੇਨ ਟੌਪਿਕ ਹੈਗਾ ਕਿ 2023 ਦੇ ਵਿੱਚ ਮਾਰਕੀਟ ਦੀ ਐਕਸਪੈਕਟੇਸ਼ਨ ਕੀ ਆ, ਸਾਲ ਦੇ ਵਿੱਚ ਇਨਵੈਸਟਿੰਗ ਤੁਹਾਨੂੰ ਕਰਨੀ ਚਾਹੀਦੀ ਹੈ ਕਿ ਨਹੀਂ। ਸੋ ਫੰਡਾਮੈਂਟਲੀ ਜੇ ਦੇਖੀਏ ਤਾਂ ਐਡਨੇ ਕੁਝ ਵਧੀਆ ਨਹੀਂ ਲੱਗ ਰਹੇ ਫੰਡਾਮੈਂਟਲਸ, ਸੈਂਟੀਮੈਂਟਸ ਕੋਈ ਵਧੀਆ ਨਹੀਂ ਹੈਗੇ, ਇੰਟਰਸਟ ਰੇਟ ਵਾਰ ਵਾਰ ਵੱਧ ਰਹੇ ਆ, ਉੱਪਰੋਂ ਬੈਂਕ ਕ੍ਰਾਈਸਿਸ, ਜਿੱਦਾਂ ਤੁਸੀਂ ਦੇਖਿਆ SIVB ਤੇ FRC ਬੈਂਕ ਆਫ ਅਮਰੀਕਾ ਕਾਫੀ ਇਹ ਡੰਪ ਹੋ ਗਿਆ, ਜਿਨ੍ਹਾਂ ਦੇ ਕਰਕੇ ਮਾਰਕੀਟ ਦੇ ਉੱਪਰ ਓਵਰਆਲ ਜੇ ਦੇਖੀਏ ਤਾਂ ਕਾਫੀ ਪ੍ਰੈਸ਼ਰ ਆ। ਉਹਦੇ ਕਰਕੇ ਜਿਹੜਾ ਸਭ ਤੋਂ ਵੱਡਾ ਕੁਐਸਚਨ ਅਰਾਈਜ਼ ਹੁੰਦਾ ਕਿ ਸਾਨੂੰ ਇਨਵੈਸਟਿੰਗ ਕਦੋਂ ਕਰਨੀ ਚਾਹੀਦੀ ਹੈ, ਕਿੰਨੀ ਕੁ ਕਰਨੀ ਚਾਹੀਦੀ ਹੈ, ਜਾਂ ਫਿਰ ਹਾਲੇ ਵੇਟ ਕਰਨੀ ਚਾਹੀਦੀ ਹੈ। ਤਾਂ ਸਾਰਾ ਕੁਝ ਇਹਦੇ ਬਾਰੇ ਅੱਜ ਅਸੀਂ ਡਿਸਕਸ ਕਰਾਂਗੇ, ਬੇਸਿਕਲੀ ਫੰਡਾਮੈਂਟਲੀ ਵੀ ਕਰਾਂਗੇ ਤੇ ਨਾਲ ਦੀ ਨਾਲ ਟੈਕਨੀਕਲੀ ਵੀ ਦੇਖਾਂਗੇ ਮਾਰਕੀਟ ਕਿੱਥੇ ਕੁ ਇਸ ਟਾਈਮ ਦੇ ਉੱਪਰ ਸਟੈਂਡ ਕਰ ਰਹੀ ਆ, ਆਉਣ ਵਾਲਾ ਜਿਹੜਾ ਟਾਈਮ ਆ ਉਹਦੇ ਵਿੱਚ ਕੀ ਐਕਸਪੈਕਟੇਸ਼ਨ ਆ। ਸੋ ਪਹਿਲੀ ਗੱਲ ਤਾਂ ਇਹ ਆ, ਜਿੱਦਾਂ ਤੁਹਾਨੂੰ ਇਹ ਚੀਜ਼ ਕਲੈਰਿਟੀ ਹੋਣੀ ਚਾਹੀਦੀ ਆ ਕਿ ਇਨਫਲੇਸ਼ਨ ਬਹੁਤ ਵਧੀ ਪਈ ਹੈ, ਯਾਨੀ ਕਿ ਸਿੰਪਲ ਭਾਸ਼ਾ 'ਚ ਕਹਿ ਦਈਏ ਮਹਿੰਗਾਈ ਬਹੁਤ ਵਧੀ ਪਈ ਆ। ਜਿਹਨੂੰ ਡਾਊਨ ਕਰਨ ਦਾ ਇੱਕ ਜਿਹੜਾ ਸਭ ਤੋਂ ਵੱਡਾ ਤਰੀਕਾ ਹੈਗਾ ਉਹ ਹੈਗਾ ਇਕਨੋਮੀ ਦੇ ਵਿੱਚ ਇੰਟਰਸਟ ਰੇਟ ਵਧਾਉਣੇ। ਉਹਦਾ ਰੀਜ਼ਨ ਇਹ ਹੈ ਕਿਉਂਕਿ ਜਦੋਂ ਮਹਿੰਗਾਈ ਵੱਧਦੀ ਆ ਤਾਂ ਹਰ ਇੱਕ ਸੈਕਟਰ ਦੇ ਉੱਪਰ ਉਹਦਾ ਅਸਰ ਪੈਂਦਾ, ਚਾਹੇ ਉਹ ਇੰਡਸਟਰੀਅਲ ਸੈਕਟਰ ਆ, ਕਾਰਪੋਰੇਟ ਸੈਕਟਰ ਆ ਵੱਡੇ, ਚਾਹੇ ਉਹ ਪਬਲਿਕ ਗਰਾਊਂਡ ਲੈਵਲ 'ਤੇ ਨੋਰਮਲ ਪਬਲਿਕ ਆ ਉਹਨਾਂ 'ਤੇ ਵੀ ਪੈਂਦਾ, ਚਾਹੇ ਜਿਹੜੀ ਮਰਜ਼ੀ ਇੰਡਸਟਰੀ ਆ, ਮੌਰਗੇਜ ਇੰਡਸਟਰੀ ਆ, ਕੋਈ ਵੀ ਆ, ਜਿਹਦਾ ਇਫੈਕਟ ਜਿਹੜਾ ਜੋਬਸ 'ਤੇ ਵੀ ਪੈਂਦਾ, ਚਾਹੇ ਇੰਡਾਇਰੈਕਟਲੀ ਆ, ਚਾਹੇ ਡਾਇਰੈਕਟਲੀ ਆ। ਸੋ ਓਵਰਆਲ ਕੰਟਰੀ ਦੀ, ਵਰਲਡ ਦੀ ਇਕੋਨਮੀ ਜਿਹੜੀ ਉਹ ਸਾਰੀ ਹਿੱਲ ਜਾਂਦੀ ਆ। ਸੋ ਸਭ ਤੋਂ ਵਧੀਆ ਜਿਹੜਾ ਤਰੀਕਾ ਆ ਇਨਫਲੇਸ਼ਨ ਨੂੰ ਥੱਲੇ ਲਿਆਉਣ ਦਾ ਉਹ ਹੈਗਾ ਇੰਟਰਸਟ ਰੇਟ ਵਧਾਉਣ ਦਾ। ਸੋ ਜਦੋਂ ਇੰਟਰਸਟ ਰੇਟ ਵੱਧਦੇ ਆ, ਤੁਹਾਨੂੰ ਪਤਾ ਘਰਾਂ ਦੇ ਜਿਹੜੇ ਮੌਰਗੇਜਾਂ ਵੱਧ ਜਾਂਦੀਆਂ, ਤੁਹਾਡੇ ਜਿਹੜੇ ਲੋਨ ਆ ਉਹਨਾਂ 'ਤੇ ਇੰਟਰਸਟ ਰੇਟ ਵਧਾ ਦਿੰਦੇ ਆ, ਬੈਂਕਸ ਜਿਹੜੇ ਆ ਜਿਹੜੇ ਤੁਸੀਂ ਨੋਰਮਲ ਲੋਨ ਵੀ ਅਪਲਾਈ ਕਰਦੇ ਉਹਦੇ 'ਤੇ ਵੀ ਕਾਫੀ ਇੰਟਰਸਟ ਜਿਹੜਾ ਹਾਈ ਹੋ ਜਾਂਦਾ। ਸੋ ਉਹਦੇ ਨਾਲ ਕੀ ਹੁੰਦਾ, ਇੱਕ ਆਮ ਬੰਦੇ ਦੀ ਬਾਇੰਗ ਪਾਵਰ ਦੇ ਉੱਪਰ ਬਹੁਤ ਅਸਰ ਹੁੰਦਾ ਕਿ ਉਹਦੀਆਂ ਸੇਵਿੰਗਸ ਘੱਟ ਜਾਂਦੀਆਂ, ਕਿਉਂਕਿ ਜੋ ਖਰਚੇ ਵੱਧ ਗਏ ਸੇਵਿੰਗਸ ਜਿਹੜੀਆਂ ਓਬਵੀਅਸਲੀ ਉਹ ਡਾਊਨ ਜਾਂਦੀਆਂ। ਉਹਦੇ ਨਾਲ ਮਾਰਕੀਟ ਦਾ ਕੀ ਲਿੰਕ ਆ, ਜਦੋਂ ਤੁਹਾਡੇ ਕੋਲ ਸੇਵਿੰਗ ਲਈ ਘੱਟ ਪੈਸੇ ਹੋਣਗੇ ਓਬਵੀਅਸਲੀ ਤੁਸੀਂ ਉਨੀ ਇਨਵੈਸਟਮੈਂਟਸ ਨਹੀਂ ਕਰੋਗੇ। ਲੈਟਸ ਸਪੋਜ਼ ਜੇ ਤੁਸੀਂ ਮਹੀਨੇ ਦਾ $5,000 ਕਮਾ ਰਹੇ ਆ, ਪਹਿਲਾਂ ਤੁਹਾਡਾ ਖਰਚਾ ਸੀਗਾ ਮੇਬੀ 2,500 ਜਾਂ 3,000, ਹੁਣ ਜੇ ਵੱਧ ਕੇ 4,000 ਹੋ ਗਿਆ, ਓਬਵੀਅਸਲੀ ਜਿਹੜੇ ਤੁਹਾਡੇ ਸੇਵਿੰਗਸ ਆ ਉਹ ਘੱਟ ਜਾਣਗੀਆਂ, $1,000 ਰਹਿ ਗਿਆ। ਸੋ ਉਹਦੇ ਵਿੱਚ ਵੀ ਤੁਸੀਂ ਸੋਚੋਗੇ ਕਿ ਮੈਂ ਇਹਨੂੰ ਸੇਵਿੰਗ ਜਿਹੜੀ ਇਨਵੈਸਟਿੰਗ ਕਰੂੰਗਾ ਜਾਂ ਫਿਰ ਨਹੀਂ ਕਰੂੰਗਾ, ਕਿਉਂਕਿ ਖਰਚੇ ਜਦੋਂ ਵੱਧ ਜਾਂਦੇ ਆ ਬੰਦੇ ਨੂੰ ਆਪਦੇ ਥੋੜ੍ਹਾ ਜਿਹਾ ਸਾਈਡ ਦੇ ਉੱਪਰ ਰੱਖਣਾ ਪੈਂਦਾ ਕਿ ਜਿਹਦਾ ਇਨ ਕੇਸ ਜੇ ਮੈਨੂੰ ਲੋੜ ਪੈਂਦੀ ਐਮਰਜੈਂਸੀ ਦੇ ਵਿੱਚ, ਸੋ ਮੇਰੇ ਕੋਲ ਕੈਸ਼ ਹੋਣਾ ਚਾਹੀਦਾ। ਸੋ ਆਬਵੀਅਸਲੀ ਤੁਸੀਂ ਇਨਵੈਸਟਮੈਂਟ ਬਾਰੇ ਉਦੋਂ ਨਹੀਂ ਸੋਚਦੇ, ਜਿਹਦੇ ਕਰਕੇ ਓਵਰਆਲ ਮਾਰਕੀਟ ਦੇ ਉੱਪਰ ਪ੍ਰੈਸ਼ਰ ਪੈ ਜਾਂਦਾ। ਸੇਮ ਵੇ ਵੱਡੇ ਕਾਰਪੋਰੇਟਸ, ਵੱਡੀਆਂ ਕੰਪਨੀਜ਼ ਵੀ ਇੱਦਾਂ ਹੀ ਸੋਚਦੀਆਂ, ਜਦੋਂ ਇਨਫਲੇਸ਼ਨ ਹਾਈ ਹੁੰਦੀ ਆ ਉਹਨਾਂ ਦਾ ਮੇਨ ਮੋਟਿਵ ਇਹੀ ਹੁੰਦਾ ਕਿ ਉਹਨਾਂ ਕੋਲ ਕੈਸ਼ ਫਲੋ, ਜਿਹੜਾ ਕੈਸ਼ ਆ ਉਹ ਬਚਿਆ ਰਹੇ ਤਾਂ ਕਿ ਉਹਨਾਂ ਨੂੰ ਕਿਤੇ ਜੇ ਐਮਰਜੈਂਸੀ ਲੋੜ ਪੈਂਦੀ ਆ ਤਾਂ ਉਹ ਯੂਜ਼ ਕਰ ਸਕਣ। ਸੋ ਇਹਦੇ ਤੋਂ ਇਹੀ ਕੰਕਲੂਜਨ ਨਿਕਲਦੀ ਆ, ਜਦੋਂ ਮਾਰਕੀਟ ਦੇ ਉੱਪਰ ਪ੍ਰੈਸ਼ਰ ਪੈਣ ਲੱਗ ਜਾਂਦਾ, ਮਾਰਕੀਟ ਥੱਲੇ ਜਾਣ ਲੱਗ ਜਾਂਦੀ ਆ, ਸਟਾਕਸ ਦੇ ਵਿੱਚ ਜਿਹੜੀ ਮੂਵਮੈਂਟ ਆ ਉਹ ਅਪਵਰਡ ਨਹੀਂ ਰਹਿੰਦੀ, ਸਟਾਕਸ ਥੱਲੇ ਜਾਣ ਲੱਗ ਜਾਂਦੇ ਆ। ਜਿਹੜੇ ਜ਼ਿਆਦਾ ਵੀਕ ਹੁੰਦੇ ਆ ਸਟਾਕਸ ਉਹ ਜ਼ਿਆਦਾ ਥੱਲੇ ਡਿੱਗਦੇ ਆ ਛੇਤੀ, ਤੇ ਜਿਹੜੇ ਥੋੜ੍ਹੇ ਸਟਰੋਂਗ ਹੁੰਦੇ ਆ ਉਹਨਾਂ ਨੂੰ ਟਾਈਮ ਲੱਗਦਾ, ਜਿਹੜੀਆਂ ਲਾਰਜ ਕੈਪਸ ਆ ਬੇਸਿਕਲੀ ਉਹ ਥੋੜ੍ਹੀਆਂ ਸਟੇ ਕਰਦੀਆਂ, ਜਿੱਦਾਂ ਵੱਡੀਆਂ ਕੰਪਨੀਜ਼ ਤੁਸੀਂ ਦੇਖੀਆਂ ਹੋਣੀਆਂ ਐਪਲ, ਟੈਸਲਾ, ਐਮਾਜ਼ੋਨ, ਇਹ ਹੋ ਸਕਦਾ 20-25-30% ਤੱਕ ਡਿੱਗੀਆਂ ਹੋਣ, ਬਟ ਕਈ ਕੰਪਨੀਜ਼ ਆ ਜਿੱਦਾਂ ਜਿਨ੍ਹਾਂ ਨੇ ਸਟਾਰਟਿੰਗ ਹੀ ਕੀਤੀ ਸੀ, ਈਵੀ ਸੈਕਟਰ ਦੀਆਂ ਕੁਝ ਕੰਪਨੀਜ਼ ਆ, ਲੂਸਿਡ ਹੋ ਗਈ, ਰਿਵੀਅਨ ਹੋ ਗਈ, ਨੀਓ ਹੋ ਗਈ, ਜਿਹੜੀਆਂ ਅਰਾਊਂਡ 70-80% ਤੱਕ ਵੀ ਡਾਊਨ ਆ ਗਈਆਂ। ਈਵਨ ਕੁਝ ਬੈਂਕ ਸਟਾਕਸ ਵੀ ਜਿਹੜੇ ਕਲੈਪਸ ਹੋਏ ਆ ਉਹ ਕਾਫੀ 90-90% ਤੱਕ ਡਾਊਨ ਆ ਗਿਆ। ਸੋ ਇਹਦੇ ਤੋਂ ਇਹੀ ਆਪਾਂ ਨੂੰ ਕੰਕਲੂਜਨ ਨਿਕਲਦੀ ਆ ਕਿ ਇਹ ਰਾਈਟ ਟਾਈਮ ਨਹੀਂ ਹੈਗਾ ਇਨਵੈਸਟਿੰਗ ਕਰਨ ਦਾ, ਸਪੈਸ਼ਲੀ ਜਿਹੜਾ ਕੁਆਟਰ 1 ਤੇ ਕੁਆਟਰ 2 ਆ 2023 ਦਾ, ਯਾਨੀ ਕਿ ਪਹਿਲੇ 6 ਮਹੀਨੇ ਆ, ਇਹਨਾਂ ਦੇ ਵਿੱਚ ਹੈਵੀ ਇਨਵੈਸਟਮੈਂਟ ਜਿਹੜੀ ਇਹ ਅਵੋਇਡ ਕਰੋ, ਕਿਉਂਕਿ ਜਿੱਦਾਂ ਜਿੱਦਾਂ ਜਿਹੜੇ ਇੰਟਰਸਟ ਰੇਟ ਆ ਉਹ ਵੱਧਦੇ ਜਾ ਰਹੇ ਆ, ਉਦਾਂ ਉਦਾਂ ਮਾਰਕੀਟ ਦੇ ਡਾਊਨ ਆਉਣ ਦੇ ਚਾਂਸਿਸ ਹੋਰ ਵੱਧ ਰਹੇ ਆ। ਇਹਨੂੰ ਆਪਾਂ ਚਾਰਟਸ ਤੇ ਵੀ ਦੇਖਾਂਗੇ ਕਿ ਟੈਕਨੀਕਲ ਲੈਵਲਸ ਜਿਹੜੇ ਆ ਉਹ ਮਾਰਕੀਟ ਦੇ ਕਿਹੜੇ ਕਿਹੜੇ ਆ, ਪਰ ਉਹ ਤੋਂ ਪਹਿਲਾਂ ਇੱਕ ਨੋਰਮਲ ਸਿੰਪਲ ਭਾਸ਼ਾ 'ਚ ਗੱਲ ਕਰ ਲਈਏ, ਜਿਹੜੀ ਕਿ ਸਾਰਿਆਂ ਨੂੰ ਸਮਝ ਆ ਜਾਏ ਕਿ ਹਾਲੇ ਇਨਵੈਸਟਮੈਂਟ ਤੁਸੀਂ ਨਾ ਕਰੋ, ਜੇ ਇਨਵੈਸਟਮੈਂਟ ਕਰਨੀ ਆ ਉਹ ਉਦੋਂ ਤੱਕ ਵੇਟ ਕਰੋ 2023 ਦੇ ਕੁਆਟਰ 3, ਯਾਨੀ ਕਿ ਅੱਧ ਸਾਲ ਤੋਂ ਬਾਅਦ, 6 ਮਹੀਨੇ ਤੋਂ ਬਾਅਦ ਜਦੋਂ ਹੋਊਗਾ ਟਾਈਮ ਕੁਆਟਰ 3 ਤੇ ਕੁਆਟਰ 4, ਉਦੋਂ ਤੁਸੀਂ ਦੇਖ ਸਕਦੇ ਜੇ ਮਾਰਕੀਟ ਥੋੜ੍ਹਾ ਅਪ ਟ੍ਰੈਂਡ ਦਿਖਾਉਂਦੀ ਆ, ਬੁਲਿਸ਼ ਮੂਵ ਆਉਂਦੀ ਆ, ਥੋੜ੍ਹੀ ਜਿਹੀ ਮਾਰਕੀਟ ਸੈਂਟੀਮੈਂਟਸ ਪੋਜ਼ਿਟਿਵ ਹੁੰਦੇ ਆ, ਡੈਫੀਨੇਟਲੀ ਤੁਸੀਂ ਉਦੋਂ ਆਪਦੀ ਇਨਵੈਸਟਮੈਂਟ ਹੌਲੀ ਹੌਲੀ ਕਰ ਸਕਦੇ ਹੋ। ਲੈ ਸਪੋਜ਼ ਜੇ ਮੇਰੇ ਕੋਲ $10,000 ਆ ਤਾਂ ਮੈਂ ਇੱਕ ਕੰਪਨੀ 'ਚ $10,000 ਪਾਉਣ ਦੀ ਬਜਾਏ ਮੈਂ ਕੀ ਕਰੂੰਗਾ, ਹਰ ਮਹੀਨੇ $2,000 2-3 ਜਾਂ 4 ਕੰਪਨੀਆਂ ਦੇ ਵਿੱਚ ਪਾਈ ਜਾਊਂਗਾ। ਉਹਦੇ ਨਾਲ ਮੇਰਾ ਜਿਹੜਾ ਪੋਰਟਫੋਲੀਓ ਡਾਇਵਰਸ ਹੁੰਦਾ ਜਾਊਗਾ, ਪਲੱਸ ਮੈਂ ਰਿਸਕ ਫਰੀ ਚੱਲ ਰਿਹਾ। ਨਾਲੇ ਦੂਜੀ ਗੱਲ ਇਹ ਆ, ਇਨ ਕੇਸ ਜੇ ਅੱਗੇ ਜਾ ਕੇ ਫਿਰ ਕੋਈ ਡਿਪ ਆਉਂਦੀ ਆ, ਸਲਾਈਡ ਡਿਪ ਆਉਂਦੀ ਆ, ਤਾਂ ਉਹਦੇ ਲਈ ਮੈਂ ਐਵਰੇਜਿੰਗ ਆਪਦੀ ਕਰ ਸਕਦਾ, ਕਿਉਂਕਿ ਮੈਂ ਆਪਦਾ $10,000 ਦਾ $10,000
मनी पई आ जिहड़ी मैं एवरी डिप ते बाय कर सकदा। सो उहदे नाल तुहाडा रिस्क भी वधिया मैनेज होजूगा, प्लस तुसीं लोंग टर्म आपदा पोर्टफोलियो जिहड़ा उहदी ग्रोथ स्टार्ट कर सकदे हो, उहदी एक फाउंडेशन बना सकदे आ। सो आजो देखदे आ पहलां कि चार्ट्स दे उपर मार्केट कित्थे स्टैंड कर रही है ते आपां इहदे तों की एक्सपैक्ट कर सकदे आ। जे असीं टैक्निकल बेसिस ते मार्केट नूं देखीए, स्पाई दा चार्ट हैगा 1 डे। सो आह कोविड टाइम आ, कोविड टाइम तों बाद जे असीं देखीए 200 EMA तों डेली चार्ट दे उपर मार्केट जिहड़ी आ अप ट्रेंड ते रही आ। उस तो बाद हाई स्टच किए 479 दे राउंड, उस तो बाद जो डंप हुई है थले ब्रेकआउट करके 2-3 वारी रीटेस्ट किया EMA नू, एंड दैन एक वारी जो प्रॉपर ब्रेकआउट हो गया, हुण उस तो बाद 3-4 वारी फेक ब्रेकआउट जो उपर दिते आ, बट मैनूं लगदा ये रीटेस्टिंग आ। सो हुण असीं ये एक्सपैक्ट कर सकते हैं कि जदों इत्थे रीटेस्टिंग होगी सानूं इत्थे काफ़ी वड्डा एक रेजिस्टेंस लैवल मिल चुका, सो वह ड्रॉ करके देखते हैं। सो जे तुसीं आह वाला लैवल देखो अराउंड 400 थोड़ा नीचे क्लोज कर लैंदे। सो 1 डे चार्ट दे उपर एक काफ़ी वड्डा रेजिस्टेंस लैवल हैगा जिहड़ा हैगा अराउंड 406 तो लैके 415 तक। सो आह $10 की रेंज जिहड़ी काफ़ी इहदे ते रेजिस्टेंस रही आ। हुण इन्हें चौथी पंजवीं वारी रीटेस्ट किया, थोड़ा जूम करके देख लैंदे आ। सो आह देखो इन्हें रीटेस्ट किया आही जोन, उस तो बाद रिजैक्ट होकर हुण फिर 200 EMA ते 1 डे चार्ट दे उपर थले इहदे होल्ड कर रहा। इहदे विच हुण आपां अग्गे एक्सपैक्ट की कर सकते हैं, हुण जिथों तुसीं ध्यान नाल देखो 1 डे चार्ट दे उपर स्टिल डाउन ट्रेंड आ, मतलब जदों उपर हाईज बनाए आ स्टिल इह चैनल दे विच चल रहा, थोड़ा जिहा जरूर इत्थे आह वाले लैवल ते जरूर ब्रेकआउट आया, बट ओवरऑल जे देखिए उस चैनल दे थले ही होल्ड कर रहा। सो हुण 2023 दे जिन्ना भी टाइम रह गया असीं ये एक्सपैक्ट कर सकते हैं कि ओवरऑल डाउन ट्रेंड दे चांसेस ज़्यादा, क्योंकि एक तो EMA इहदे कोल प्रॉपर ब्रेकआउट नहीं होया, EMA दा उपर होल्ड नहीं कर पाया, प्लस फंडामेंटल्स भी ज़्यादा कोई स्ट्रोंग नहीं है, इंट्रस्ट रेट वधी जा रहे हैं, ऑलरेडी असीं लोज जिहड़े एक वारी देख चुके हैं 340 तो 345 दे अराउंड। सो हो सकता एक दो महीने तक आपां होर जिहड़े लोज देख लिए अंडर 350। सो उस पॉइंट के उपर मोस्ट प्रॉब्ली जिहड़े सारे ब्लू चिप स्टॉक्स आ उन्हां दे भी आपां अगेन लोज दे सकते हैं, जिदा टैसला हो गया, मैटा, एमाजॉन ऑलरेडी काफ़ी वीक चल रहे हैं। सो इस टाइम के उपर जिहड़ी इनवैसटिंग आ वह काफ़ी हार्ड हो जाते हैं, बिकॉज पिछले 5-6 महीनों तो जो देखिए तो मार्केट सेम जोन दे विच रही है, पर काफ़ी स्टॉक्स इस जोन दे विच वीक हो गए। बैंकिंग सैक्टर के स्टॉक्स जिहड़े काफ़ी स्टेबल मने जाते थे बैंक कलैप्स होने करके वह भी 70-80% तक डिग गए। सो मेरा परसनल व्यू यह है कि हले जे तुसीं इनवैसटिंग कर रहे हैं तो वेट करो एटलीस्ट 2023 दे क्वार्टर थर्ड तक, उदों तक वेट कर सकते हैं कि यह वाला जिहड़ा लैवल आ रीटेस्ट हुंदा कि नहीं 350 का, जिहदे तों थले ब्रेकआउट हुंदा तो तुहानूं होर ऑपरचुनिटीज़ मिल सकदियां अगे, तां कि तुसीं आह वाले जोन दे विच यानी कि 280 या 300 तक भी ईवन जिस पाए जांदा तां उत्थों तुसीं बाय करके उस तों बाद अगेन जदों अप ट्रेंड शुरू हुंदा उहदे ते तुसीं आपदी जिहड़ी पोजीशन आ उह हैवी कर सकदे आ। पर आह वाले जोन दे विच जे तुसीं इनवैसटिंग करना चाहुंदे आ मैं कहूँगा कि अवॉयड करो, क्योंकि ये राइट टाइम नहीं हैगा इनवैसटिंग दा। उहदा रीज़न यह है जिन्नी मार्केट इस जोन दे विच रहेगी, जिन्नी चौपी रहेगी, उन्ने जिहड़े ब्लू चिप स्टॉक्स आ उन्ने जिहड़े सैक्टर आ उह ज़्यादा हिट होणगे ते उहनां दे विच जिहड़े डाउन ट्रेंड आउण दे ज़्यादा चांसिस बने जांदे आ। सो बैटर यही आ फंडामेंटल बेसिस दे उपर, टैक्निकल बेसिस दे उपर मार्केट थोड़ी जी स्ट्रेंथ दिखावे, साडे जिहड़े उपर वाले रेजिस्टेंस लैवल आ उह ब्रेकआउट होण, दैन मार्केट वीकली बेसिस दे उपर उहदे ते स्टे करे, फिर तुसीं आपदी जिहड़ी पोजीशन आ उह रेगूलर बेसिस ते पाइल अप कर सकदे आ। सो गाइज़ ये सीगा मेरा परसनल व्यू 2023 दी इनवैसटमेंट ते, यह कोई फाइनैंशियल एडवाइस नहीं हैगी, मेरी परसनल एक व्यू है ये ते, ये ना सोचो कि मैं जो थोड़ा कहता इनवैसट करन लई तां तुसीं उदों राइट अवे क्वार्टर थर्ड स्टार्ट हुंदा तां इनवैसट करदे जाओ, मार्केट नूं कोई भी प्रोडिक्ट नहीं कर सकदा, यह जस्ट एक अनैलिसिस करके मेरी परसनल एक प्रोडिक्शन आ, परसनल व्यूज़ आ, इनू तुसीं फाइनैंशियल एडवाइस ना लियो, आपका रिसर्च करियो किसी भी स्टॉक दे विच इनवैसट करन तो पहला। बाकी जे कोई भी क्वेश्चन होया तुसीं मैनूं इंस्टाग्राम ते DM कर सकते हैं, थले कॉमेंट कर सकते हैं, तो फिर मिलते हैं अगली वीडियो दे विच। जे तुसीं चैनल नूं नहीं सबसक्राइब किया प्लीज़ डू सबसक्राइब एंड हिट लाइक बटन।